YouTube ਚੈਨਲ ਲਾਈਵ ਦੇ ਵਿੱਚ ਬਹੁਤ ਸਾਰਾ ਸਵਾਗਤ, ਮੋਸਟ ਵੈਲਕਮ ਜੀ ਆਇਆਂ ਨੂੰ। ਸੂਟ ਆਪਣੇ ਕੋਲ ਆ ਗਏ ਜੀ ਅੱਜ, ਬਹੁਤ ਹੀ ਪਿਆਰੇ ਪਿਆਰੇ ਅਤੇ ਸੋਹਣੇ ਸੋਹਣੇ ਸਾਰੇ ਹੈਗੇ ਜੇ ਪੇਂਟ ਵਾਲੇ, ਇਹ 'ਚ ਦੁਪੱਟਿਆਂ ਨਾਲ ਵੀ ਜੇ ਅਤੇ ਦੁਪੱਟਿਆਂ ਤੋਂ ਬਿਨਾਂ ਵੀ ਜੇ। ਵਾਹਿਗੁਰੂ। ਪ੍ਰੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕਰੀਏ ਸ਼ੁਰੂ ਤੇ ਇੱਧਰ ਸਾਡਾ ਨਾਲ ਲਾਈਵ ਚੱਲਣ ਡਿਆ, ਨਾਲ ਹੀ ਆਪਾਂ ਲੱਗੇ ਹਾਂ, ਵੀਡੀਓ ਵੀ ਨਾਲ ਸ਼ੂਟ ਕਰ ਲੈਣੀ ਥੋੜ੍ਹੀ ਥੋੜ੍ਹੀ। ਅਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਜੀ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦੁਪੱਟੇ ਵਾਲੇ ਸੂਟ, ਹੈਂਡ ਪੇਂਟ ਦੇ ਅਤੇ ਬਿਨਾਂ ਦੁਪੱਟੇ ਤੋਂ, ਜਿਹਦੇ ਵਿੱਚ ਆ ਜਾਣਗੇ ਜੇ ਕੋਟਨ, ਮਸਲੀਨ ਕੋਟਨ ਵੀ, ਅਤੇ ਦੂਜੀ ਕਿਹੜੀ ਯਾਰ, ਸਿਲਕ ਬੇਸ। ਹਾਂਜੀ, ਲਾਲੀ ਲਾਲੀ ਜੀ ਕਹਿੰਦੇ ਵੈਰੀ ਨਾਈਸ ਸੂਟ ਭਾਅ ਜੀ, ਬਹੁਤ ਅੱਤ ਹੁੰਦੇ ਨੇ ਤੁਹਾਡੇ ਸੂਟ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ। ਮੈਂ ਮਾੜਾ ਜਿਹਾ ਨਾ ਡਿਲੀਟ ਕਰ ਲਾਂ ਡਾਟਾ ਜਿਹਾ। ਓਕੇ, ਗੁਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕਰੀਏ ਸ਼ੁਰੂ ਕਮਲ, ਪਹਿਲਾਂ ਸੂਟ ਦਿਖਾਓ, ਘੈਂਟ ਆ। ਇਹ ਹੈਗਾ ਜੇ ਬਲੈਕ ਕਲਰ ਦਾ ਸੂਟ ਕੋਟਨ ਦਾ, ਇਹਨੂੰ ਲਾਈਨਿੰਗ ਦੀ ਵੀ ਲੋੜ ਨਹੀਂ ਜੇ। ਅਤੇ ਇਹ ਸਪੈਸ਼ਲ ਇੱਕੋ ਸੂਟ ਤਿਆਰ ਕਰਾਇਆ ਆਪਾਂ ਸਿਰਫ ਸੈਂਪਲ, ਇਹਦੇ ਵਿੱਚ ਕਲਰ ਜਿਹੜੇ ਉਹ ਰੈਡੀ ਹੋ ਜਾਣਗੇ ਪਰ ਹੋਣਗੇ ਔਰਡਰ ਦੇ ਉੱਤੇ। ਇਸ ਗੱਲ ਦਾ ਪਲੀਜ਼ ਖਿਆਲ ਕਰਿਓ, ਕਿਉਂਕਿ ਇਹ ਸਟਾਈਲ ਜਿਹੜਾ ਨਾ ਬੜਾ ਵੱਖਰਾ ਜਿਹਾ, ਅਤੇ ਰੇਟ ਇਹਦਾ ਇੰਨਾ ਸੋਹਣਾ ਆ ਨਾ, ਅਤੇ ਕੁਆਲਿਟੀ ਬਹੁਤ ਘੈਂਟ, ਅਤੇ ਇਹਦੇ ਉੱਤੇ ਬੜੀ ਮਿਹਨਤ ਲੱਗੀ ਹੈ ਮੇਰੀ ਜਿਹੜੀ ਇਹਨਾਂ ਨੂੰ ਤਿਆਰ ਕਰਾਉਣ ਦੇ ਵਿੱਚ। ਇਹਦਾ ਆਹ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ, ਇਹਦਾ ਪਹਿਲਾਂ ਹੈਗਾ ਇਹ ਇਕੱਲਾ ਬੇਸ ਸੂਟ ਦਾ, 5 ਮੀਟਰ ਦਾ ਸੂਟ ਜੇ ਕੋਟਨ ਦੇ ਵਿੱਚ। ਇਹ ਸਾਰਾ ਹੈਗਾ ਹੈਂਡ ਪੇਂਟ, ਪਲੱਸ ਇਹਦੇ ਵਿੱਚ ਆਹ ਵਾਲਾ ਜਿਹੜਾ ਫਲਾਵਰ ਤੁਸੀਂ ਵੇਖਣ ਡਿਆ ਜੇ ਨਾ, ਇਹ ਪੇਂਟ ਨਹੀਂ ਗਾ, ਇਹ ਹੈਗੇ ਪੈਚ, ਇਹ ਪੈਚ ਲੱਗੇ ਆ, ਪੈਚ ਦੇ ਲੱਗ ਕੇ ਇਹਦੇ ਉੱਪਰ ਹੋਈ ਆ ਕਢਾਈ ਸਾਰੀ, ਸਾਰੀ ਜਿੰਨੀ ਵੀ ਇਹਦੇ 'ਤੇ ਕਢਾਈ ਆ। ਉਸ ਤੋਂ ਬਾਅਦ ਇਹਦੇ ਘੇਰੇ ਦੇ ਉੱਤੇ ਹੈਗਾ ਬ੍ਰੱਸ਼ ਪੇਂਟ ਸਾਰਾ ਹੀ, ਇਹਦੇ ਉੱਪਰ ਵੀ ਜਿਹੜੀ ਆ ਸਾਰੀ ਉੱਪਰ ਜਿਹੜੀ ਆ ਵੇਖੋ ਆਊਟਲਾਈਨਿੰਗ ਜਿਹੜੀ ਆ, ਹਾਈਲਾਈਟ ਜਿਹੜੇ ਉਹ ਕਢਾਈ ਦੇ ਹੋਏ ਆ। ਇਸ ਤੋਂ ਬਾਅਦ ਇਹਦੇ ਵਿੱਚ ਆਹ ਵੀ ਪੇਂਟ ਨਹੀਂ ਗਾ, ਇਹ ਵੀ ਸਾਰਾ ਜਿਹੜਾ ਉਹ ਹੁੰਦਾ ਨਹੀਂ ਗਾ ਸਲਵੋਸਕੀ ਵਰਕ ਜਿਹਨੂੰ ਕਹਿੰਦੇ, ਇਹ ਉਹ ਹੋਇਆ ਇਹਦੇ ਉੱਤੇ, ਇਹਦੀਆਂ ਬਾਹਾਂ ਦੇ ਉੱਪਰ ਵੀ ਆ, ਅਤੇ ਇਹਦੀ ਬੈਕ ਸਾਈਡ ਵੀ ਹੈਗੀ, ਇਹ ਵੀ ਚੱਲ, ਹਾਂ ਆਹ ਬੈਕ ਸਾਈਡ ਦੇ ਘੇਰੇ ਦੇ ਉੱਪਰ ਆ ਜੂਗੀ ਆਹ ਚੀਜ਼, ਠੀਕ ਆ ਜੀ।
ਤੇ ਆਹ ਪੈਚ ਆ, ਪੈਚ ਦੇ ਉੱਪਰ ਕਢਾਈ ਹੈ ਇਹਦੇ। ਇਸ ਤੋਂ ਬਾਅਦ ਇਹਦਾ ਹੈਗਾ ਮਸਲੀਨ ਦਾ ਦੁਪੱਟਾ। ਦੁਪੱਟਾ ਵੇਖੋ ਇਹਦਾ ਕਿੰਨਾ ਸੋਹਣਾ ਤੇ ਕਿੰਨਾ ਹੈਵੀ ਦੁਪੱਟਾ ਇਹਦਾ। ਚਲੋ ਆਹ ਕਰੋ ਚੈੱਕ, ਇਹ ਫੇਰ ਦੁਪੱਟੇ ਦੇ ਉੱਤੇ ਜਿਹੜੇ ਨਾ ਇਹ ਪੈਚ ਨੇ, ਆਹ ਜਿਹੜੇ ਪੈਚ ਲੱਗੇ ਆ ਇਹ ਪੇਂਟ ਨਹੀਂ ਗੇ। ਵੇਖੋ ਦੁਪੱਟਾ ਵੇਖੋ ਇਹਦਾ, ਬਲੈਕ ਕਲਰ ਦਾ ਦੁਪੱਟਾ ਜੇ ਮਸਲੀਨ ਦਾ, ਸਾਰਾ ਹੈਵੀ ਬਣਿਆ ਦੁਪੱਟਾ। ਉਸ ਤੋਂ ਬਾਅਦ ਇਹਦੇ ਉੱਪਰ ਹੈਗਾ ਆ ਨਾਲ ਲੱਗੀ ਲੈਸ, ਇਹਦੇ ਸਾਰੇ ਮੋਤੀਆਂ ਵਾਲੀ ਲੈਸ, ਹੈਵੀ ਦੁਪੱਟਾ ਪੂਰਾ ਤੇ ਬਹੁਤ ਹੀ ਸੋਹਣਾ ਦੁਪੱਟਾ ਇਹਦਾ। ਤੇ ਹਾਂ ਬਲੈਕ ਕਲਰ ਜੇ ਸੋਲੋ ਕਲਰ ਜੇ ਇਹ ਆਰਡਰ ਤੇ ਰੈਡੀ ਹੋਣੇ ਜੇ, ਇਹਨੂੰ ਤੁਸੀਂ ਘੱਟ ਤੋਂ ਘੱਟ ਵੀ ਤੇ 8 ਤੋਂ 10 ਦਿਨ ਦਾ ਟਾਈਮ ਜਿਹੜਾ ਨਾ ਉਹ ਮੰਨ ਕੇ ਚੱਲਿਓ, ਜਿਹੜੇ ਵੀ ਕਸਟਮਰ ਭੈਣ ਭਰਾ ਨੇ ਆਰਡਰ ਕਰਨੇ ਆ। ਤੇ ਪਲੀਜ਼ ਇਸ ਗੱਲ ਦਾ ਖਿਆਲ ਕਰਿਓ, ਇਹਦਾ ਜਿਹੜਾ ਰੇਟ ਹੈਗਾ ਜੇ ਸੂਟ ਦਾ ਸਿਰਫ ਤੇ ਸਿਰਫ ਹੈਗਾ ਜੀ 1175 ਰੁਪਈਏ। ਠੀਕ ਹੈ ਜੀ, ਕੋਈ 2000 ਨਹੀਂ, ਕੋਈ 1500 ਨਹੀਂ, ਕੋਈ 1700 ਨਹੀਂ, ਕੋਈ 1600 ਨਹੀਂ, ਸਿਰਫ 1175 ਰੁਪਈਆਂ ਦੇ ਵਿੱਚ ਇੰਨਾ ਸੋਹਣਾ ਤੇ ਹੈਵੀ ਸੂਟ। ਮਤਲਬ ਮੈਂ ਇਹ ਚੈਲੰਜ ਪ੍ਰਾਈਜ਼ ਆ, ਕੋਈ ਛੇਤੀ ਕੀਤਾ ਦੇ ਨਹੀਂ ਸਕਦਾ ਇਹਦੇ ਵਿੱਚ। ਤੇ ਇੱਧਰ ਮੈਸੇਜ ਆਏ ਆ ਕਿ ਕਹਿੰਦੇ ਵੀ ਪੇਂਟ ਧੋਣ ਨਾਲ ਖਰਾਬ ਨਹੀਂ ਹੁੰਦਾ। ਖਰਾਬ ਤਾਂ ਨਹੀਂ ਹੋਊਗਾ, ਧੋਤਿਆਂ ਇਹਨੂੰ ਕੁਛ ਨਹੀਂ ਜਾਂਦਾ, ਬਸ ਇਹ ਤੇ ਬ੍ਰਸ਼ ਨਾ ਮਾਰਿਓ ਰੰਗ ਨਾ ਕਰਿਓ। ਜਿੱਦਾਂ ਮਰਜ਼ੀ ਧੋਵੋ ਕੁਛ ਨਹੀਂ ਹੁੰਦਾ ਇਹਨੂੰ, ਸਿਰਫ ਇਹ ਹੈ ਕਿ ਇਹਨੂੰ ਮਤਲਬ ਮਲ ਕੇ ਨਹੀਂ ਧੋਣਾ ਬਸ ਇਹਨੂੰ। ਤੇ ਇਹ ਸੂਟ ਸੀਗਾ ਸਾਡੇ ਕੋਲ ਸੋਲੋ ਪੀਸ ਰੈਡੀ ਹੋਇਆ, ਆਪਣਾ ਤਿਆਰ ਕੀਤਾ ਜੇ। ਇਹ ਚੀਜ਼ ਤੁਹਾਨੂੰ ਨਾ ਦੇ ਮਾਰਕੀਟ 'ਚੋਂ ਮਿਲਣੀ ਜੇ, ਨਾ ਕਿਸੇ ਬੁਟੀਕ ਤੋਂ ਮਿਲਣੀ ਜੇ, ਮਤਲਬ ਕਿਤੋਂ ਵੀ ਨਹੀਂ ਇਹ ਚੀਜ਼ਾਂ ਮਿਲਣੀਆਂ ਤੁਹਾਨੂੰ। ਇਹ ਸਿਰਫ ਆਰਡਰ 'ਤੇ ਰੈਡੀ ਹੋਣੇ ਜੇ। ਕਲਰ ਤੁਹਾਡੀ ਚੋਇਸ ਦਾ ਹੋਊਗਾ, ਅਤੇ ਕਲਰ ਜਿਹੜੇ ਤੁਸੀਂ ਕੋਂਬੀਨੇਸ਼ਨ ਦੇਣੇ ਹੋਣਗੇ ਉਹ ਵੀ ਤੁਹਾਡੀ ਚੋਇਸ ਦੇ ਹੋ ਜਾਣਗੇ। ਬੜਾ ਵੱਖਰੀ ਅਤੇ ਬੜਾ ਯੂਨੀਕ ਜਿਹਾ ਸਟਾਈਲ ਜਿਹੜਾ ਤੁਹਾਨੂੰ ਬਣਾ ਕੇ ਦਿੱਤਾ ਆਪਾਂ। ਇਸ ਤੋਂ ਬਾਅਦ ਜਿਹੜੇ ਸੂਟ ਤੁਹਾਨੂੰ ਦਿਖਾਉਂਦਾ ਮੈਂ, ਉਹ ਵੀ ਚੈੱਕ ਕਰੋ। ਆਹ ਵੀ ਜਿਹੜੇ ਸੂਟ ਸੀਗੇ ਇਹ ਵੀ ਦੁਬਾਰੇ ਜਿਹੜੇ ਜੇ, ਇਹ ਵੀ ਆਰਡਰ 'ਤੇ ਆਣ ਕੇ ਦੁਬਾਰੇ ਬਣ ਕੇ ਰੈਡੀ ਹੋਏ ਜੇ। ਇਹ ਵੀ ਸਾਰਾ ਹੈਗਾ ਜੀ ਬ੍ਰਸ਼ ਪੇਂਟ ਦਾ, ਇਹ ਮਸਲੀਨ ਦਾ ਸੂਟ ਜੀ ਸਾਰਾ ਹੀ ਹੈ। ਠੀਕ ਹੈ ਜੀ, ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੂਟ ਜਿਹੜੇ ਸੀਗੇ ਆਪਾਂ ਸੇਲ ਕੀਤੇ ਆਲਰੇਡੀ ਪਹਿਲਾਂ ਹੀ ਗਏ। ਹਾਂ ਬਾਹਾਂ ਦੇ ਉੱਪਰ ਇੱਕ ਚੀਜ਼ ਹੋਰ, ਪੇਂਟ ਤਾਂ ਜਿਹੜਾ ਹੋਇਆ ਹੀ ਹੋਇਆ ਇਹਨਾਂ ਦੇ ਉੱਪਰ। ਆਹ ਵੇਖੋ ਨਾਲ ਆਪਾਂ ਨੇ ਇਹਨਾਂ ਦੇ ਕਰਵਾਏ ਆ ਦੂਜੇ ਵਿੱਚ ਡਿਜ਼ਾਇਨ ਫਲਾਵਰ, ਜਿੱਥੇ ਜਿੱਥੇ ਆਉਣਗੇ ਉੱਥੇ ਉੱਥੇ ਸਾਰੇ ਡਿਜ਼ਾਇਨ ਆਉਣਗੇ ਤੁਹਾਨੂੰ ਮਿਲਣਗੇ। ਅਤੇ ਇਹ ਵੀ ਜਿਹੜਾ ਜੇ ਇਹ ਵੀ ਰੈਡੀ ਆਰਡਰ 'ਤੇ ਹੀ ਹੋਣਾ ਜੇ। ਇਹਦੇ ਨਾਲ ਦੇ ਵੀ ਦੋ ਤਿੰਨ ਸੂਟ ਜਿਹੜੇ ਉਹੀ ਆਪਣੇ ਕੋਲ ਰੈਡੀ ਹੋਏ ਆ, ਬਾਕੀ ਸਾਰੇ ਆਰਡਰ 'ਤੇ ਹੀ ਰੈਡੀ ਹੋਣੇ ਜੇ। ਆਹ ਬੈਕ ਸਾਈਡ ਆਊਗੀ ਇਹਦੀ, ਇਹ ਹੈਗਾ ਜੇ ਕੱਪੜਾ ਹੈਗਾ ਜੇ ਮਸਲੀਨ ਕੋਟਨ ਦਾ, 5 ਮੀਟਰ ਦੀ ਕੱਟ ਜੇ ਸੂਟ ਦੀ। ਦੁਪੱਟਾ ਇਹਦੇ ਨਾਲ ਹੈਗਾ ਜੇ ਪਿਓਰ ਦਾ ਦੁਪੱਟਾ, ਤੁਸੀਂ ਆਪਣੀ ਚੋਇਸ ਦਾ ਕੋਈ ਵੀ ਦੇ ਕੇ ਤਿਆਰ ਕਰਵਾ ਸਕਦੇ ਜੇ। ਇਹ ਆਪਾਂ ਕੀਤਾ ਪਿਓਰ ਦਾ ਦੁਪੱਟਾ, ਪਿਓਰ ਦਾ ਮਤਲਬ ਪਿਓਰ ਦਾ। ਹਾਂਜੀ, ਤੁਸੀਂ ਜੇ ਸਾਨੂੰ ਕਹੋਗੇ ਜੇ ਚਨੌਨ 'ਚ ਕਰਾ ਦਿਓ ਆਪਾਂ ਉਹ ਵੀ ਦੇ ਦਾਂਗੇ, ਮਸਲੀਨ 'ਚ ਕਹੋਗੇ ਉਹ ਵੀ ਦੇ ਦਾਂਗੇ, ਕੋਈ ਰੌਲਾ ਨਹੀਂ, ਸੈਮੀ ਹਾਫ ਪਿਓਰ ਜੋ ਵੀ ਕਹੋਗੇ ਆਪਾਂ ਦੇ ਦਾਂਗੇ, ਕੋਈ ਰੌਲਾ ਨਹੀਂ ਇਹਦਾ। ਇਹ ਵੀ ਸੇਮ ਰੇਂਜ ਜੇ, ਸੇਮ ਰੇਟ ਜੇ 1175 ਰੁਪਈਏ ਸ਼ਿਪਿੰਗ ਫਰੀ ਦੇ ਨਾਲ। ਨੈਕਸਟ ਦਿਖਾ ਰਿਹਾ ਇਹਦਾ ਸਾਈਡ ਦੇ ਕਰਦੇ, ਇਸੇ ਦੇ ਵਿੱਚ ਹੀ ਦੂਜਾ ਕਲਰ ਜੇ ਆਪਣੇ ਕੋਲ। ਹਾਂਜੀ, ਬਾਕੀ ਸਾਰਾ ਕੁਝ ਸੇਮ, ਡਿਟੋ ਉਹੀ ਡਿਜ਼ਾਈਨ ਵੀ ਸੇਮ, ਤੇ ਕਲਰ ਮਜੈਂਟਾ ਕਲਰ ਜੇ, ਬੜਾ ਪਿਆਰਾ ਰਾਣੀ ਸ਼ੇਡ। ਮਤਲਬ ਅੱਜ ਜਿਹੜੇ ਸੂਟ ਹੈ ਨਾ ਸਾਡੇ ਕੋਲ, ਸਾਡੇ ਕੋਲ ਹੈਗੇ ਜੇ ਆਪਾਂ ਕਹਿੰਦੇ ਨਹੀਂਗੇ, ਪਰ ਆਤੀ ਕਰਾਉਣ ਵਾਲੇ ਜੇ। ਇਹ ਵੀ ਸੇਮ ਪਿਓਰ ਦੇ ਵਿੱਚ ਜੇ ਦੁਪੱਟਾ।
ਦੁਪੱਟੇ ਦੇ ਉੱਪਰ ਵੀ ਜਿਹੜੇ ਸਾਰੇ ਪੇਂਟ ਹੋਇਆ ਜੇ ਬਹੁਤ ਸੋਹਣਾ ਤੇ ਇਹ ਵੀ ਤੁਹਾਨੂੰ ਸੇਮ ਰੇਟ ਸੇਮ ਰੇਂਜ ਦੇ ਵਿੱਚ ਮਿਲ ਜੂਗਾ ਜੇ 1175 ਰੁਪਈਆਂ ਦੇ ਵਿੱਚ ਲਓ ਜੀ ਇਹਦੇ ਵਿੱਚ ਇੱਕ ਹੋਰ ਸਟਾਈਲ ਆ ਗਿਆ ਜੀ ਇਹਦੇ ਵਿੱਚ ਆਪਾਂ ਕਰ ਦਿੱਤਾ ਜੇ ਇਹਨੂੰ ਫਿਰ ਇੱਕ ਜਿੱਦਾਂ ਬੁਟੀਕ ਸਟਾਈਲ 'ਚ ਤਿਆਰ ਕਰ ਦਿੰਦੇ ਆ ਨਾ ਉਹ ਚੀਜ਼ ਇਹਦੀ ਆਪਾਂ ਤਿਆਰ ਕਰਤੀ ਜੇ ਦੇਖ ਸਕਦੇ ਜੇ ਤੁਸੀਂ ਕਲਰ ਹੈਗਾ ਜੀ ਵਾਈਨ ਹਾਂ ਇਹ ਕਲਰ ਹੈਗਾ ਜੀ ਵਾਈਨ ਕੰਟਰਾਸਟ ਵੇਖੋ ਇਹਦਾ ਫਿਰੋਜੀ ਔਰੰਜ ਵਾਈਨ ਗ੍ਰੀਨ ਮਤਲਬ ਕਲਰ ਜਿਹੜੇ ਆ ਇੰਨੇ ਸੋਹਣੇ ਸੋਹਣੇ ਭਰੇ ਆ ਨਾ ਮੈਨੂੰ ਕੱਢਣੇ ਨਹੀਂ ਆਉਂਦੇ ਤਾਂ ਮੈਂ ਹੋਰ ਕੱਢ ਦਿੰਦੇ ਰੰਗ ਭਰਦੇ ਮੈਂ ਹੋਰ ਰੰਗ ਲਾ ਦਿੰਦੇ ਇਹਦੇ ਆਹ ਵੇਖੋ ਲੈਸ ਇਹਦੇ ਆਊਗੀ ਘੇਰੇ ਦੇ ਉੱਤੇ ਲੱਗੀ ਵਾਈਟ ਕਲਰ ਦੀ ਮਸਲੀਨ ਕਾਟਨ ਦਾ ਸੂਟ 5 ਮੀਟਰ ਦਾ ਸੂਟ ਜੇ ਬਾਹਾਂ ਦੇ ਉੱਪਰ ਵੀ ਪੇਂਟ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਤੁਹਾਨੂੰ ਮਿਲ ਜੂਗਾ ਜੇ ਪਿਓਰ ਦਾ ਜੇ ਇਕੱਲਾ ਦੁਪੱਟਾ ਹੀ ਪੇਂਟ ਕਰਾਈਏ ਤਾਂ ਇੱਕ ਸਿੰਪਲ ਦੁਪੱਟਾ ਤੇ 500 ਰੁਪਏ ਤੋਂ ਘੱਟ ਕੋਈ ਪੇਂਟ ਨਹੀਂ ਕਰਕੇ ਦਿੰਦਾ ਤੇ ਅਸੀਂ ਤੁਹਾਨੂੰ ਜੇ ਜਾਣ ਤੋਂ ਗੁੱਸੇ ਨੂੰ ਵੇਟ ਕਰੋ ਪਲੀਜ਼ ਨਾ ਇਸ ਇਕੱਲਾ ਮਾਰੀ ਜਾਓ ਤੇ ਇਸ ਇਹ ਵੀ ਸੇਮ ਰੇਟ ਜੇ ਸੇਮ ਰੇਂਜ ਜੇ ਡਿਜ਼ਾਈਨ ਜਿਹੜਾ ਜੇ ਤੁਹਾਨੂੰ ਆਪਾਂ ਦਿਖਾ ਦਿੱਤਾ ਕਲਰ ਆ ਲਓ ਜੀ ਮੂੰਗੀਆ ਕਲਰ ਪਹਿਲੀ ਗੱਲ ਤੇ ਕਲਰ ਨਹੀਂ ਜੇ ਛੇਤੀ ਕੀਤੇ ਡਾਰਕ ਮਿਲਦੇ ਦੂਜੀ ਗੱਲ ਇੱਦਾਂ ਦੇ ਸੂਟ ਨਹੀਂ ਜੇ ਮਿਲਦੇ ਤੀਜੀ ਗੱਲ ਇੱਦਾਂ ਦੀ ਰੇਂਜ ਨਹੀਂ ਜੇ ਮਿਲਦੀ ਠੀਕ ਹੈ ਜੀ ਤੇ ਚੌਥੀ ਗੱਲ ਕੁਆਲਿਟੀ ਵੀ ਨਹੀਂ ਜੇ ਮਿਲਦੀ ਤੇ ਇਹ ਹੈਗਾ ਜੀ ਮਸਲੀਨ ਦਾ ਸੂਟ ਜੇ ਵੇਖੋ ਪੂਰੀ ਲੈਸ ਜਿਹੜੀ ਹੈ ਨਾ ਪੂਰਾ ਘੈਂਟ ਇਹਨੂੰ ਬੁਟੀਕ ਸਟਾਈਲ ਸੂਟ ਬਣਾਇਆ ਆਪਾਂ ਇਹਨੂੰ ਮਤਲਬ ਚਾਲੂ ਜਿਹਾ ਕੰਮ ਨੀ ਹੈਗਾ ਇਹਦੇ ਵਿੱਚ ਇਹਦਾ ਇਹ ਮਤਲਬ ਨੀ ਗਾ ਵੀ ਜੇ ਮੰਨ ਲਓ ਇਹਨਾਂ ਸੂਟਾਂ ਦਾ ਰੇਟ ਘੱਟ ਆ ਤੇ ਆਪਾਂ ਕੋਈ ਚਲਾਵਾਂ ਕੰਮ ਕਰਤਾ ਇਹਦੇ ਉੱਤੇ ਪੂਰੀ ਮਿਹਨਤ ਲਾ ਕੇ ਚੀਜ਼ ਬਣਾਈ ਦੀ ਆ ਤੇ ਬਹੁਤ ਸਾਰੇ ਜਿਹੜੇ ਆ ਇਹਦੇ ਪਿੱਛੇ ਕੀ ਆਉਂਦੇ ਹੁੰਦੇ ਆ ਮਿਹਨਤਾਂ ਹੁੰਦੀਆਂ ਬੜੇ ਜ਼ਿਆਦਾ ਹੱਥ ਚੱਲਦੇ ਇਹਦੇ ਪਿੱਛੇ ਆ ਦੁਪੱਟਾ ਵੇਖੋ ਕਿੰਨਾ ਖੁੱਲ੍ਹਾ ਡੁੱਲਾ ਇਹਦਾ ਪਿਓਰ ਦਾ ਦੁਪੱਟਾ ਜੇ ਤੇ ਹਾਂ ਇਹਦੇ 20 ਲੈਸ ਲੱਗੀ ਜੇ ਸੇਮ ਰੇਟ ਸੇਮ ਰੇਂਜ 1175 ਰੁਪਈਏ ਸ਼ਿਪਿੰਗ ਫਰੀ ਦੇ ਨਾਲ ਹਾਂ ਇਸ ਕਰਕੇ ਇਹ ਜਿਹੜੇ ਸੀ ਨਾ ਇਹ ਮਤਲਬ ਹੁਣ ਮੈਂ ਤੁਹਾਨੂੰ ਦੱਸ ਹੀ ਦਿੰਦਾ ਆ ਮੈਂ ਚਲੋ ਵੈਸੇ ਦੱਸਣਾ ਤਾਂ ਨਹੀਂ ਪਰ ਮੈਂ ਦੱਸ ਦਿੰਦਾ ਇਹ ਜਿਹੜੇ ਸੂਟ ਹੈ ਨਾ ਸੇਮ ਜਿਹੜੇ ਆ ਨਾ
ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਜਿਹੜੇ ਸੂਟਾਂ ਦੇ ਆਰਡਰ ਜਿਹੜੇ ਆਲਰੇਡੀ ਮੇਰੇ ਕੋਲ ਹੈਗੇ ਆ, ਬਣ ਕੇ ਆ ਜਾਣੇ ਆ, ਉਹ ਸਾਰੇ ਜਾਣਗੇ USA, ਸ਼ਿਪਿੰਗ ਉਹਨਾਂ ਦੀ ਕਰਾਵਾਂਗੇ ਆਪਾਂ, ਉੱਥੇ ਭੇਜਾਂਗੇ। ਤੇ ਆ ਆ ਗਿਆ ਸਾਡੇ ਕੋਲ ਅੱਗੇ ਸਸਤੀ ਰੇਂਜ ਦੇ ਵਿੱਚ ਸੂਟ, ਇਹ ਵੀ ਮਸਲੀਨ ਕਾਟਨ ਦਾ ਜੇ, ਬਹੁਤ ਸੋਹਣਾ ਸੂਟ ਜੇ, ਹਾਂ ਬਹੁਤ ਹੀ ਪਿਆਰਾ ਸੂਟ ਜੇ, ਬਹੁਤ ਸੋਹਣਾ ਸੂਟ ਜੇ, ਇਹ ਇਹ ਵੀ 600 ਰੁਪਈਏ ਦੇ ਵਿੱਚ ਜੇ, ਉਹ 650 ਰੁਪਈਆਂ ਦੇ ਵਿੱਚ ਜੇ, ਸ਼ਿਪਿੰਗ ਫ੍ਰੀ ਦੇ ਨਾਲ। ਇਹਦੇ ਨਾਲ ਹੈਗਾ ਜੀ ਬਲੈਕ ਦੁਪੱਟਾ, ਮਸਲੀਨ ਕਾਟਨ ਦਾ ਹੀ ਦੁਪੱਟਾ, ਹਾਂਜੀ ਆਹ ਦੁਪੱਟਾ ਜੇ ਦਾ, ਇਹ ਤੁਹਾਨੂੰ ਮਿਲ ਜੂਗਾ ਦੇ ਵਿੱਚ ਡਿਜ਼ਾਈਨ ਹੈ, ਉਦਾਂ ਹੀ ਦੁਪੱਟੇ ਵਿੱਚ ਡਿਜ਼ਾਈਨ ਹੈ, ਸੇਮ ਸੇਮ ਸੇਮ। ਇਹਦੇ ਵਿੱਚ ਤੀਜਾ ਕਲਰ ਆ ਗਿਆ ਮਹਿੰਦੀ ਦਾ ਸ਼ੇਡ, ਅੱਗੇ ਆ ਗਿਆ ਮਹਿੰਦੀ ਦਾ ਕਲਰ, ਬਹੁਤ ਸੋਹਣਾ ਕਲਰ ਆ, ਉਹ ਹੀ ਚੈੱਕ ਕਰੋ ਇਹਦੀ ਡਿਜ਼ਾਈਨ ਸੇਮ ਹੈ, ਹਾਂਜੀ ਇਹ ਤੁਹਾਨੂੰ ਮਿਲ ਜੂਗਾ ਜੇ ਸ਼ਿਪਿੰਗ ਫ੍ਰੀ ਦੇ ਨਾਲ 650 ਰੁਪਏ। ਹੁਣ ਆ ਜਿਹੜੇ ਸੂਟ ਆ ਗਏ ਇਹਨਾਂ ਦੀ ਨਾਲ ਹੀ ਆਪਾਂ ਵੀਡੀਓ ਬਣਾ ਲੈਂਦੇ ਹਾਂ, ਅਤੇ ਨਾਲ ਹੀ ਤੁਹਾਨੂੰ ਜਿਹੜੇ ਸੂਟ ਆਪਾਂ ਲਾਈਵ 'ਤੇ ਦਿਖਾ ਦਿੱਤੇ ਆ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਕਰਦੇ ਜੀ ਤੁਹਾਡਾ ਆਪਣੇ ਯੂਟਿਊਬ ਚੈਨਲ ਦੇ ਉੱਤੇ, ਅਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬੜੇ ਸੋਹਣੇ ਸੋਹਣੇ ਪੇਂਟ ਵਾਲੇ ਸੂਟ, ਦੁਬਾਰੇ ਆ ਗਏ ਰਿਪੀਟ 'ਤੇ ਸਾਨੂੰ, ਜਿਹੜੇ ਤੁਹਾਨੂੰ ਮਿਲ ਜਾਣਗੇ ਜੇ, ਬਲੈਕ ਸੂਟ ਮਿਲ ਜੂਗਾ ਜੀ, ਤੁਸੀਂ ਆਰਡਰ ਕਰ ਦਿਓ ਨਹੀਂ, ਵਟਸਐਪ ਨੰਬਰ 'ਤੇ 9875826628 ਦੇ, ਜਿਹੜੇ ਤੁਹਾਨੂੰ ਮਿਲ ਜਾਣਗੇ ਮਸਲੀਨ ਦੇ ਵਿੱਚ ਅਤੇ ਸਿਲਕ ਬੇਸ ਦੇ ਵਿੱਚ। ਅਤੇ ਆ ਜਾਓ ਤੁਹਾਨੂੰ ਪਹਿਲਾਂ ਸੂਟ ਕਰਾਉਂਦੇ ਚੈੱਕ, ਇਹ ਹੈਗਾ ਜੀ ਮਸਲੀਨ ਕਾਟਨ ਦੇ ਵਿੱਚ, ਬਾਵਾ ਕਲਰ ਜੀ, ਹਾਂਜੀ ਬ੍ਰਸ਼ ਪੇਂਟ ਹੋਇਆ ਇਹਦੇ ਉੱਪਰ, ਬਹੁਤ ਹੀ ਪਿਆਰਾ ਸੂਟ ਜੇ, ਪੇਂਟ ਵੇਖੋ ਕਿੰਨਾ ਪਿਆਰਾ ਆ, ਤੇ ਆ ਦੀ ਨਾਲ ਕਲਰ ਬਹੁਤ ਪਿਆਰਾ ਲਾਈਟ ਸ਼ੇਡ, ਬਾਵਾਂ ਦੇ ਡਿਜ਼ਾਈਨ ਬਿਨਾਂ ਦੁਪੱਟੇ ਤੋਂ ਜੇ। ਇਹਦਾ ਰੇਟ ਹੈਗਾ ਜੇ 450 ਰੁਪਈਏ, ਸ਼ਿਪਿੰਗ ਫ੍ਰੀ ਦੇ ਨਾਲ। ਇਹ ਤੁਸੀਂ ਔਨਲਾਈਨ ਮੰਗਾ ਸਕਦੇ ਜੇ, ਦੁਕਾਨ ਤੋਂ ਆਣ ਕੇ ਲੈ ਸਕਦੇ ਜੇ, ਸ਼ਿਪਿੰਗ ਫ੍ਰੀ ਹੋਊਗੀ ਇਹਦੇ ਵਿੱਚ। ਅਤੇ ਪਲੀਜ਼ ਡਿਟੇਲ ਸੁਣੀ ਜਾਇਓ, ਕੱਪੜੇ ਦੀ ਮੈਂ ਡਿਟੇਲ ਤੁਹਾਨੂੰ ਦੱਸੀ ਜਾਊਂਗਾ ਜੇ, ਵੀ ਕਿਹੜਾ ਕਿਹੜਾ ਕੱਪੜਾ ਆ, ਪਲੀਜ਼ ਇਸ ਗੱਲ ਨੂੰ ਜ਼ਰੂਰ ਸੁਣਿਓ। ਅੱਗੇ ਆ ਗਿਆ ਲੈਮਨ ਸ਼ੇਡ ਆ, ਪਰ ਮੇਰੀ ਵੀਡੀਓ ਦੇ ਵਿੱਚ ਜਿਹੜਾ ਉਹ ਲੈਮਨ ਕਲੀਅਰ ਨਹੀਂ ਹੋਣ ਡਿਆ, ਬਹੁਤਾ ਫਿੱਕਾ ਜਾਈ ਜਾਂਦਾ, ਫਿੱਕਾ ਨਹੀਂ ਗਾ, ਬ੍ਰਾਈਟ ਚਾਟ ਆ, ਬਹੁਤ ਸੋਹਣਾ, ਨਹੀਂ ਨਹੀਂ ਆਉਂਦਾ, ਨਹੀਂ ਆਉਣ ਡਿਆ, ਇਹ ਹੈਗਾ ਥੋੜ੍ਹਾ ਜਿਹਾ ਬ੍ਰਾਈਟ, ਵੀਡੀਓ 'ਚ ਆਉਣ ਡਿਆ ਲਾਈਟ, ਬਹੁਤ ਪਿਆਰਾ ਲਾਈਟ ਸ਼ੇਡ, ਹਾਂ ਇਹ ਤੁਹਾਨੂੰ ਮਿਲ ਜੂਗਾ ਜੀ ਫ੍ਰੀ ਸ਼ਿਪਿੰਗ ਦੇ ਨਾਲ 450 ਰੁਪਈਆਂ 'ਚ। ਇਹ ਵੀ ਹੈਗਾ ਜੇ ਮਸਲੀਨ ਕਾਟਨ ਦਾ, ਆ ਪਿਸਤਾ ਜਿਹੜੀ ਸ਼ੇਡ ਹੈ ਇਹ ਵੀ ਮਸਲੀਨ ਕਾਟਨ ਦਾ, ਹਾਂ ਇਹ ਵੀ ਹੈਗਾ ਜੇ ਮਸਲੀਨ ਦਾ ਸੂਟ ਜੇ, ਸ਼ਿਪਿੰਗ ਫ੍ਰੀ ਦੇ ਨਾਲ ਜੇ, ਰੇਟ ਹੈਗਾ ਜੇ 450 ਰੁਪਈਏ ਬਸ। ਆ ਵੀ ਬਹੁਤ ਪਿਆਰਾ ਕਲਰ ਜੇ, ਪੀਚ, ਹਾਂਜੀ ਨਹੀਂ ਪੀਚ, ਪੀਚ ਸ਼ੇਡ ਆ ਗਈ, ਬਹੁਤ ਬਹੁਤ ਹੀ ਸੋਹਣਾ ਪੇਂਟ, ਬਹੁਤ ਘੈਂਟ ਡਿਜ਼ਾਈਨ। ਆ ਲਓ ਜੀ ਆਹ ਜਿਹੜਾ ਜੇ ਇਹ ਆ ਗਿਆ ਜੇ ਸਿਲਕ ਬੇਸ ਦੇ ਵਿੱਚ, ਆ ਵੇਖੋ ਇਹ ਹੈਗਾ ਜੇ ਸਿਲਕ ਬੇਸ ਦੇ ਵਿੱਚ, ਪਲੀਜ਼ ਖਿਆਲ ਕਰਿਓ, ਮੈਂ ਸਾਰੀ ਡਿਟੇਲ ਜਿਹੜੀ ਮੈਂ ਨਾਲ ਨਾਲ ਦੱਸੀ ਜਾਣ ਡਿਆ ਤੁਹਾਨੂੰ, ਬਾਅਦ ਵਿੱਚ ਕਨਫਿਊਜ਼ ਨਾ ਹੋ ਜਾਇਓ। ਹਾਂਜੀ ਇਹ ਮਿਲ ਜੂਗਾ ਤੁਹਾਨੂੰ ਸਿਰਫ ਅਤੇ ਸਿਰਫ 450 ਰੁਪਈਆਂ 'ਚ। ਬਹੁਤ ਪਿਆਰੀ ਸ਼ੇਡ ਜੇ, ਬਹੁਤ ਪਿਆਰਾ ਕਲਰ ਜੇ, ਇਹ ਵੀ ਹੈਗਾ ਜੇ ਸਿਲਕ ਬੇਸ ਦੇ ਵਿੱਚ,
ਇਹ ਆ ਗਿਆ ਵਾਈਨ ਸ਼ੇਡ ਤੇ ਇਹ ਆ ਗਿਆ ਬਲੌਕ ਪੇਂਟ ਇਹ ਸਾਰਾ ਆ ਗਿਆ ਬਲੌਕ ਪੇਂਟ ਇਹ ਵੀ ਆ ਗਿਆ ਜੇ ਵਾਈਨ ਸ਼ੇਡ ਦੇ ਵਿੱਚ ਇਹ ਅੰਬੀਰਾ ਡਿਜ਼ਾਈਨ ਆਊਗਾ ਸੇਮ ਇਹਦੇ ਵੀ ਬਾਹਾਂ ਤੇ ਬੜਾ ਅੱਜਾ ਡਿਜ਼ਾਈਨ ਆਊਗਾ ਤੇ ਬਾਹਾਂ ਤੇ ਹਾਂ ਬਿਨਾਂ ਦੁਪੱਟੇ ਤੋਂ ਜੇ ਰੇਟ ਸੇਮ ਹੀ ਨੇ ਸਾਰਿਆਂ ਦੇ 450 ਰੁਪਏ ਇਹਦੀ ਵੈਕਸਲ ਵੀ ਬਣੀ ਹੋਣੀ ਇਹਦੀ ਨਹੀਂ ਨਹੀਂ ਫਰੰਟ ਹੀ ਇਹਦੀ ਉਹ ਬਾਹਾਂ ਬਣੀਆਂ ਬਾਹਾਂ ਪੌਂਚੇ ਬਣੇ ਪੌਂਚੇ ਬਣੀਆਂ ਇਹਦੇ ਇਹ ਹੈਗਾ ਜੀ ਪੌਂਚਿਆਂ ਦੇ ਉੱਪਰ ਡਿਜ਼ਾਈਨ ਇਹਦੇ ਬਾਹਾਂ ਤੇ ਪੌਂਚਿਆਂ ਦਾ ਡਿਜ਼ਾਈਨ ਜੇ ਪੌਂਚਿਆਂ ਦੇ ਵੀ ਡਿਜ਼ਾਈਨ ਆ ਹਾਂ ਰੇਟ ਹੈਗਾ ਜੀ 400 ਤੇ 50 ਰੁਪਏ ਇਹਨਾਂ ਦਾ ਬਸ ਅੱਗੇ ਅਗਰ ਫੇਰ ਮੂੰਗੀਆ ਕਦਰ ਹਾਂਜੀ ਮੇਨ ਬਾਹਾਂ ਤੇ ਫਰੰਟ ਤੇ ਪੌਂਚੇ ਫਰੰਟ ਤਾਂ ਸਾਰਾ ਹੀ ਬਣਿਆ ਬਾਹਾਂ ਬਣੀਆਂ ਨਾਲ ਪੌਂਚੇ ਉਦਾਂ ਹੀ ਆਣਗੇ ਬਣੇ ਇਹਦੇ ਆ ਲਓ ਜੀ ਬਹੁਤ ਪਿਆਰਾ ਕਲਰ ਜੀ ਇਹ ਵੀ ਸਿਲਕ ਬੇਸ ਜੇ ਅੱਗੇ ਆ ਗਿਆ ਜੇ ਬਲੈਕ ਬਲੈਕ ਜਿਹੜਾ ਜੇ ਇਹ ਵੀ ਮਿਲ ਜੂਗਾ ਜੇ ਸਿਲਕ ਬੇਸ ਹੁਣ ਬਹੁਤ ਸਾਰੇ ਕਸਟਮਰ ਜਿਹੜੇ ਆ ਨਾ ਹੁਣ ਇਹ ਪਲੀਜ਼ ਇਹ ਮੈਸੇਜ ਨਾ ਕਰਿਓ ਕਿ ਕੋਟਨ ਦੇ ਗਰਮੀ ਆ ਗਈ ਆ ਤੁਸੀਂ ਕੋਟਨ ਦੇ ਸੂਟ ਕਿਉਂ ਨਹੀਂ ਵਿਖਾਉਣ ਡਿਆ ਸਿਲਕ ਦੇ ਕਿਉਂ ਵਿਖਾਉਣ ਡਿਆ ਜੇ ਇਹ ਤਾਂ ਕਰਕੇ ਕਿ ਬਹੁਤ ਸਾਰੇ ਕਸਟਮਰ ਜਿਹੜੇ ਸਾਡੇ ਆ ਨਾ ਜਿਹੜੇ ਜਿਹੜੇ ਪੰਜਾਬ ਤੋਂ ਬਾਹਰ ਵੀ ਬੈਠੇ ਸਾਡੇ ਸੂਟਾਂ ਦੀ ਵੇਟ ਕਰਦੇ ਆ ਉਹਨਾਂ ਦੀ ਵੀ ਡਿਮਾਂਡ ਸੀ ਕਿ ਸਿਲਕ 'ਚ ਵੀ ਦਿਓ ਸਾਨੂੰ ਤੇ ਅਸੀਂ ਸਿਲਕ ਦੇ ਵੀ ਤੁਹਾਨੂੰ ਦਿੱਤੇ ਆ ਆਹ ਜਿਹੜਾ ਆ ਗਿਆ ਜੇ ਕੋਟਨ ਦਾ ਸੂਟ ਜੇ ਮਿਕਸ ਕੋਟਨ ਜੇ ਹੁਣ ਇਹਨੂੰ ਪਿਓਰ ਕੋਟਨ ਦਾ ਗਿਣਿਓ ਰੈਡ ਸੂਟ ਮੈਰੂਨ ਸੂਟ ਇਹ ਵੀ ਸੇਮ ਉਦਾਂ ਹੀ ਆਜੂਗਾ ਜੇ ਬਣਿਆ ਸਾਰਾ ਕੁਛ ਸੇਮ ਕੋਟਨ ਦਾ ਜੇ ਮਿਕਸ ਕੋਟਨ ਦਾ ਜੇ ਤਾਂ ਆ ਗਿਆ ਆਪਣੇ ਕੋਲ ਲਾਸਟ ਵਾਈਨ ਸ਼ੇਡ ਬਹੁਤ ਸੋਹਣੀ ਸ਼ੇਡ ਹੈ ਇਹ ਵੀ ਬਿਨਾਂ ਦੁਪੱਟੇ ਤੋਂ ਜੇ ਅਤੇ ਸ਼ਿਪਿੰਗ ਫਰੀ ਜੇ 450 ਰੁਪਈਏ ਰੇਟ ਜੇ ਇਹ ਕੋਟਨ ਜੇ ਮਿਕਸ ਕੋਟਨ ਜੇ ਅਤੇ ਇਹ ਸਾਰੇ ਸੂਟ ਤੁਹਾਨੂੰ ਮਿਲ ਜਾਣਗੇ ਜੀ ਫਰੀ ਸ਼ਿਪਿੰਗ ਦੇ ਨਾਲ ਪੇਮੈਂਟ ਰਹੂਗੀ ਔਨਲਾਈਨ ਐਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਨਹੀਂ ਹੈਗੀ ਅਤੇ ਸਾਡੇ ਹੋਰ ਨਵੀਆਂ ਵੀਡੀਓ ਦੇ ਨਵੇਂ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਬਾਏ ਬਾਏ ਸਤਿ ਸ਼੍ਰੀ ਅਕਾਲ ਟੇਕ ਕੇਅਰ ਇੱਧਰ ਲਾਈਵ ਵਾਲਿਆਂ ਦਾ ਵੀ ਬਹੁਤ ਸਾਰਾ ਵੈਲਕਮ ਅਤੇ ਇਹ ਆਪਾਂ ਸਾਰੇ ਸੂਟ ਤੁਹਾਨੂੰ ਦਿਖਾ ਦਿੱਤੇ ਜਿਹੜੇ ਹੈਗੇ ਸੀ ਜੇ ਆਪਣੇ ਕੋਲ ਇਹ ਕੋਟਨ ਦੇ ਵਿੱਚ ਅਤੇ ਮਸਲੀਨ ਕੋਟਨ ਦੇ ਵਿੱਚ ਅਤੇ ਕੁਛ ਜਿਹੜੇ ਹੈਗੇ ਸਿਲਕ ਦੇ ਵਿੱਚ ਠੀਕ ਆ ਜੀ ਅਤੇ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ